ਵਰਕਾ ਤੇ ਅਸੀਂ ਵੀ ਤਾਜਪੋਸ਼ੀ ਤੇ ਆਏ ਸੀ ਉਹਨਾਂ ਦੀ ਤੇ ਬਹੁਤ ਬਹੁਤ ਵਧਾਈਆਂ ਦਿੰਦੇ ਆ ਤੇ ਆਉਣ ਵਾਲੇ ਸਮੇਂ ਲਈ ਅਪਕਮਿੰਗ ਫਿਊਚਰ ਲਈ ਬੈਸਟ ਵਿਸ਼ੇਸ ਦਿੰਦੇ ਆ ਕਿ ਪ੍ਰਧਾਨ ਬਣ ਕੇ ਸਾਰੇ ਪੰਜਾਬ ਦੇ ਹੱਕਾਂ ਲਈ ਇੱਕ ਚੰਗੀ ਵਿਰੋਧੀ ਧਿਰ ਬਣ ਕੇ ਦਿਖਾਉਣ ਜੀ ਜੀ ਮੈਂ ਤਾਂ ਜੋ ਕਹਿਣਾ ਸੀ ਕਹਿਤਾ ਜੀ ਨਹੀਂ ਨਹੀਂ ਪਤਾ ਨਹੀਂ ਦੇਖੋ ਜੀ ਇੱਕ ਆਰਟਿਸਟ ਦਾ ਕੰਮ ਹੁੰਦਾ ਹੈ ਸਮਾਜ ਦੀਆਂ ਜੋ ਕੁਰੀਤੀਆਂ ਹੁੰਦੀਆਂ ਨੇ ਜੋ ਗੱਲਾਂ ਹੁੰਦੀਆਂ ਉਹਨਾਂ ਦਾ ਸ਼ੀਸ਼ਾ ਦਿਖਾਉਣਾ ਇੱਕ ਅਤੇ ਮੇਰਾ ਫਰਜ਼ ਸੀ ਮੈਂ ਸ਼ੀਸ਼ਾ ਦਿਖਾਇਆ ਹੁਣ ਉਹ ਕਈ ਚੀਜ਼ਾਂ ਕਈ ਗੱਲਾਂ ਬੰਦਿਆਂ ਨੂੰ ਅਫੈਂਡ ਕੀਤੀਆਂ ਸੋ ਇਹ ਜ਼ਰੂਰੀ ਨਹੀਂ ਹੁੰਦਾ ਵੀ ਸਾਰੀਆਂ ਚੀਜ਼ਾਂ ਅਤੇ ਸਾਰੇ ਜਾਣੇ ਖੁਸ਼ ਹੋਣ ਅਤੇ ਕੋਈ ਦਿੱਕਤ ਵਾਲੀ ਗੱਲ ਨਹੀਂ ਜੀ ਉਹਨਾਂ ਨੇ ਕ੍ਰਿਟੀਸਾਈਜ਼ ਵੀ ਕੀਤਾ ਸੀ ਉਹਦਾ ਵੈਲਕਮ ਕਰਦੇ ਹਾਂ ਪਰ ਉਹਦੇ 'ਚ ਕੋਈ ਐਸੀ ਵੈਸੀ ਗੱਲ ਨਹੀਂ ਸੀ ਜਿਹੜਾ ਇਹਦਾ ਮੁੱਦਾ ਬਣ ਨਹੀਂ ਮੈਂ ਪਤਾ ਉਹੀ ਗੱਲ ਹੈ ਜਾਂ ਤਾਂ ਮੈਂ ਤੁਹਾਨੂੰ ਦੱਸਦਾ ਜਾਂ ਤਾਂ ਮੈਨੂੰ ਪੰਜਾਬੀ ਨਹੀਂ ਆਉਂਦੀ ਜਾਂ ਜੋ ਕਹਿ ਰਹੇ ਨੇ ਉਹਨਾਂ ਨੂੰ ਪੰਜਾਬੀ ਨਹੀਂ ਆਉਂਦੀ ਸਾਫ਼ ਸਾਫ਼ ਸ਼ਬਦਾਂ 'ਚ ਸਾਡੀ ਮਾਂ ਭਾਸ਼ਾ ਪੰਜਾਬੀ ਦੇ ਵਿੱਚ ਗੱਲਾਂ ਨੇ ਉਹਦੇ 'ਚ ਉਹ 'ਚ ਪੁੱਛਿਆ ਗਿਆ ਵੀ ਕੌਣ ਹੈ ਪੈਰਾਮੀਟਰ ਕੀ ਹੈ ਤੁਹਾਡੇ ਕੋਲ ਗਦਾਰੀ ਦਾ ਉਹ ਤਾਂ ਫਿਰ ਜੀ ਮੁੱਦਾ ਬਣਾਉਣ ਨੇ ਬਣਾ ਹੀ ਲੈਣਾ ਹੁਣ ਜੇ ਗੱਦਾਰ ਸ਼ਬਦ ਆ ਗਿਆ ਕਿਹਨੂੰ ਕਿਹਾ ਕਿਹਨੂੰ ਨਹੀਂ ਕਿਹਾ ਉਹ ਤਾਂ ਅਸੀਂ ਆਪ ਸੁਣ ਕੇ ਸਮਝਣਾ ਨਾ ਸੋ ਗੱਲਾਂ ਨੇ ਜੀ ਹੁਣ ਜਿੰਨੀਆਂ ਮਰਜ਼ੀ ਬਣਾਈ ਚੱਲੋ ਤਾਂ ਇਹ ਮੇਰੇ ਤਾਂ ਹਰੇਕ ਗਾਣੇ 'ਤੇ ਹੀ ਹੁੰਦਾ ਫਿਰ ਤਾਂ ਯਾਰੀ ਨਹੀਂ ਬਾਈ ਜੀ ਦੇਖੋ ਉਹੀ ਕਹਿੰਦਾ ਵੀ ਆਰਟਿਸਟ ਇੱਕ ਸ਼ੀਸ਼ਾ ਹੁੰਦਾ ਸਮਾਜ ਦਾ ਜੋ ਸਮਾਜ ਚੱਲ ਰਿਹਾ ਉਹ ਆਰਟਿਸਟ ਯਾਨੀ ਕਿ ਕਲਾਕਾਰ ਬਿਆਨ ਕਰਦਾ ਹਾਂਜੀ ਨਹੀਂ ਮੈਂ ਤਾਂ ਸ਼ੁਕਰ ਮਨਾਇਆ ਜੀ ਉਸ ਚੀਜ਼ ਦਾ ਮੈਂ ਕਿਹਾ ਚਲੋ ਕਿਸੇ ਨੇ ਤਾਂ ਓਪਨ ਕਰਿਆ ਉਹ 3 ਸਾਲ ਹੋ ਗਏ ਨਾ ਉਹਦਾ ਚਲਾਣ ਪੇਸ਼ ਹੋਇਆ ਨਾ ਕੁਛ ਵੀ ਯਾਨੀ ਕਿ ਉਹ ਕਿਤੇ ਕਿਸੇ ਪਾਸੇ ਕੋਈ ਜਾ ਹੀ ਨਹੀਂ ਰਿਹਾ ਕੋਈ ਹੈ ਨਾ ਅਸੀਂ ਤਾਂ ਚਾਹੁੰਦੇ ਹਾਂ ਵੀ ਕਰ ਲਓ ਕੇਸ ਓਪਨ ਜੇ ਸਾਡੀ ਕੋਈ ਤੁਹਾਨੂੰ ਲੱਗਦਾ ਹੈ ਪਰ ਜੇ ਉਹ ਸਿਆਸੀ ਬਦਲਾਖੋਰੀ ਹੈ ਤਾਂ ਮਾੜੀ ਗੱਲ ਹੈ ਪਰ ਜੇ ਸਾਡੇ ਕੇਸ ਓਪਨ ਕਰਨ ਨਾਲ ਕੋਈ ਪੰਜਾਬ ਦਾ ਭਲਾ ਹੁੰਦਾ ਤਾਂ ਅਸੀਂ ਕਹਿੰਦੇ ਭਾਈ ਠੀਕ ਹੈ ਕਰ ਲਓ ਮੈਂ ਇਸ ਚੀਜ਼ ਤੋਂ ਜਾਣੂ ਹਾਂ ਅਤੇ ਮੈਂ ਤਾਂ ਇਸ ਚੀਜ਼ ਤੋਂ ਕਹਿੰਦਾ ਵੀ ਯਾਰ ਕੋਈ ਵੀ ਪਾਰਟੀ ਹੈ ਮੈਂ ਕਿਸੇ 'ਤੇ ਯਾਨੀ ਕਿ ਆਪਾਂ ਜੇ ਹੁਣ ਮੇਰੀ ਪਾਰਟੀ ਕਾਂਗਰਸ ਹੈ ਮੈਂ ਕਾਂਗਰਸ ਵੱਲੋਂ ਇਲੈਕਸ਼ਨ ਲੜਿਆ ਤਾਂ ਵੀ ਅਸੀਂ ਕਿਸੇ 'ਤੇ ਨਜਾਇਜ਼ ਧੱਬੇ ਨਹੀਂ ਲਾਉਣਾ ਚਾਹੁੰਦੇ ਪਰ ਗੱਲ ਅਸੀਂ ਇਹ ਸਾਰਿਆਂ ਨੂੰ ਵੀ ਇਹ ਸ਼ਾਂਤੀ ਦਾ ਅਤੇ ਆਪਸੀ ਭਾਈਚਾਰਾ ਦਾ ਸੰਦੇਸ਼ ਦਿੰਦੇ ਹਾਂ ਵੀ ਕੋਈ ਵੀ ਜੇ ਸਾਡੇ ਕੋਲ ਅੱਜ ਕੋਈ ਰੁਤਬਾ ਹੈ ਤਾਂ ਅਸੀਂ ਉਹਨੂੰ ਪੰਜਾਬ ਦੀ ਬੈਟਰਮੈਂਟ ਵਾਸਤੇ ਯੂਜ਼ ਕਰੀਏ ਨਾ ਕਿ ਆਪਣੀਆਂ ਸਿਆਸੀ ਰੰਜਿਸ਼ਾਂ ਵਾਸਤੇ ਯੂਜ਼ ਕਰੀਏ ਅਫਕੋਰਸ ਬਾਈ ਅਫਕੋਰਸ ਸਾਡਾ ਹੋਰ ਕੰਮ ਕੀ ਹੈ ਮੇਰੀ ਗੱਲ ਤਾਂ ਸੁਣੋ ਹਰੇਕ ਬੰਦੇ ਦਾ ਇੱਕ ਆਪਣਾ ਪੁਆਇੰਟ ਆਫ ਵਿਊ ਹੁੰਦਾ ਇੱਕ ਆਪਣੀ ਦੇਖਣ ਦਾ ਨਜ਼ਰੀਆ ਹੁੰਦਾ ਅਸੀਂ ਸਾਰੇ ਜੇ ਚਾਹੀਏ ਮੇਰਾ ਨਜ਼ਰੀਆ ਕੁਛ ਹੋਰ ਹੋਊਗਾ ਉਹਨਾਂ ਦਾ ਕੁਛ ਹੋ ਸਕਦਾ ਅਤੇ ਸਾਡਾ ਸਾਰਿਆਂ ਦਾ ਫਰਜ਼ ਬਣਦਾ ਵੀ ਅਸੀਂ ਇੱਕ ਦੂਜੇ ਦੇ ਨਜ਼ਰੀਏ ਦੀ ਇੱਜ਼ਤ ਕਰੀਏ ਰਿਸਪੈਕਟ ਕਰੀਏ ਸੋ ਜੇ ਉਹਨਾਂ ਨੇ ਕੋਈ ਆਪਣਾ ਵਿਚਾਰ ਪੇਸ਼ ਕੀਤਾ ਤਾਂ ਸਾਨੂੰ ਉਹਨਾਂ ਨੂੰ ਕੰਸਿਡਰ ਕਰਨਾ ਚਾਹੀਦਾ ਅਤੇ ਅਸੀਂ ਕਿਸੇ ਨੂੰ ਇਹ ਨਹੀਂ ਕਹਿੰਦੇ ਵੀ ਕੋਈ ਗਲਤ ਬੋਲ ਰਿਹਾ ਜਾਂ ਕੋਈ ਹਰੇਕ ਦਾ ਆਪੋ ਆਪਣਾ ਨਜ਼ਰੀਆ ਤੁਹਾਡਾ ਕੁਛ ਹੋਰ ਹੋਊਗਾ ਮੇਰਾ ਕੁਛ ਹੋਰ ਹੋਊਗਾ ਬਾਈ ਜੀ ਅਫਕੋਰਸ ਅਸੀਂ ਸਾਰਿਆਂ ਨੂੰ ਹੀ ਕਹਿੰਦੇ ਹਾਂ ਈਵਨ ਇਕੱਲੀ ਕਾਂਗਰਸ ਵਾਸਤੇ ਨਹੀਂ ਇਹ ਸਾਰੀਆਂ ਜਿੰਨੀਆਂ ਪਾਰਟੀਆਂ ਪੰਜਾਬ ਦਾ ਭਾਈਚਾਰਾ ਪੰਜਾਬ ਦੇ ਲੋਕ ਹੈ ਕੋਈ ਵੀ ਮਸਲੇ ਦਾ ਹੱਲ ਹੈ ਇਹ ਆਪਸੀ ਭਾਈਚਾਰ ਅਤੇ ਇਕਜੁੱਟਤਾ ਨਾਲ ਹੀ ਨਿਬੜੂਗਾ ਜੇ ਅਸੀਂ ਇੱਕ ਦੂਜੇ ਨਾਲ ਸਿਆਸੀ ਰੰਜਿਸ਼ਾਂ ਕੱਢੀ ਜਾਵਾਂਗੇ ਉਹਦਾ ਕੋਈ ਇਹ ਕੋਈ ਹੱਲ ਨਹੀਂ ਕਿਸੇ ਚੀਜ਼ ਦਾ ਇੱਕ ਕਹਾਵਤ ਹੁੰਦੀ ਹੈ ਹੋਪ ਫੋਰ ਦਾ ਬੈਸਟ ਪ੍ਰਪੇਅਰ ਫੋਰ ਦਾ ਵਰਸਟ ਹੈ ਨਾ ਅਸੀਂ ਚੰਗੇ ਲਈ ਸੋਚ ਰਹੇ ਹਾਂ ਅਸੀਂ ਤਾਂ ਹੋਪ ਕਰ ਰਹੇ ਹਾਂ ਵੀ ਬਹੁਤ ਵਧੀਆ ਹੋਊਗਾ ਸਾਰਾ ਕੁਝ ਨਹੀਂ ਪਤਾ ਕੀ ਗੱਲ ਹੈ ਜੇ ਮੈਂ ਤਾਂ ਕਹਿੰਦਾ ਵੀ ਜੇ ਸਾਡੇ ਤੇ ਕਾਰਵਾਈ ਕਰਨ ਨਾਲ ਕੋਈ ਪੰਜਾਬ ਦਾ ਕੋਈ ਚੜ੍ਹਦਾ ਸਵੇਰਾ ਕੋਈ ਕੱਲ ਨੂੰ ਆਉਂਦਾ ਤਾਂ ਅਸੀਂ ਕਹਿੰਦੇ ਜੀ ਸਾਡੇ ਤੇ ਤਾਂ ਸਾਨੂੰ ਤਾਂ ਅਸੀਂ ਉਹੀ 2 ਮਹੀਨੇ ਲਾਏ ਹੋਣੇ ਅੰਦਰ ਜਾ ਕਿਹੜਾ ਸੋ ਪੰਜਾਬ ਦੇ ਮਸਲੇ ਹੱਲ ਹੋਣੇ ਚਾਹੀਦੇ ਮੈਂ ਕੋਈ ਪੰਜਾਬ ਦਾ ਮੁੱਦਾ ਨਹੀਂ ਹੈਗਾ ਮੈਂ ਇੱਕ ਆਰਟਿਸਟ ਹਾਂ ਹਜ਼ਾਰਾਂ ਆਰਟਿਸਟ ਹੈ ਪੰਜਾਬ ਕੋਲ ਸੋ ਜਿਹੜੇ ਸਾਡੇ ਹੁਣ ਐਕਟੀਵਿਟ ਜਿਹੜੇ ਮੁੱਦੇ ਨੇ ਜਿਹੜਾ ਪੰਜਾਬ VMB ਚੋਂ ਬਾਹਰ ਹੋਇਆ ਠੀਕ ਹੈ ਚੰਡੀਗੜ੍ਹ ਸਾਡਾ ਮੁੱਦਾ ਹੈ SYL ਸਾਡਾ ਮੁੱਦਾ ਹੈ ਕਿੰਨੀਆਂ ਹੀ ਚੀਜ਼ਾਂ ਨੇ ਜਿਹੜੀਆਂ ਡਿਸਕਸ ਅਸੀਂ ਕਰ ਸਕਦੇ ਹਾਂ ਵੀ ਮੈਨੂੰ ਇਹ ਲੱਗਦਾ ਵੀ ਇੱਕ ਗੀਤ ਜਾਂ ਮੈਂ ਕੋਈ ਚਰਚਾ ਦਾ ਵਿਸ਼ਾ ਨਹੀਂ ਹੋਣੇ ਚਾਹੀਦੇ ਇਸ ਟਾਈਮ ਨਹੀਂ ਮੈਂ ਸਮਾਜ ਸੇਵਾ 'ਚ ਐਕਟਿਵ ਜ਼ਰੂਰ ਰਹੂੰਗਾ ਠੀਕ ਹੈ ਮੇਰੇ ਲਈ ਕੋਈ ਰਾਜਨੀਤੀ ਮੇਰਾ ਕੋਈ ਪੇਸ਼ਾ ਨਹੀਂ ਮੈਂ ਰਾਜਨੀਤੀ ਦੇ ਵਿੱਚ ਨਾ ਇਸ ਚੀਜ਼ ਕਰਕੇ ਆਇਆ ਸੀ ਵੀ ਮੈਂ ਕੋਈ ਕਿਸੇ ਅਹੁਦੇ ਦੀ ਭੁੱਖ ਕਰਕੇ ਆਇਆ ਸੀ ਮੇਰਾ ਉਦੋਂ ਵੀ ਰਾਜਨੀਤੀ ਦੇ ਵਿੱਚ ਆਉਣ ਦਾ ਮਕਸਦ ਇਹ ਸੀ ਕਿ ਆਪਦੇ ਇਲਾਕੇ ਲਈ ਆਪਦੇ ਲੋਕਾਂ ਲਈ ਕੁਛ ਨਾ ਕੁਛ ਕਰਨਾ ਅਤੇ ਮੈਂ ਉਹ
कदी नहीं बंद किया, चाहे मैं पार्टी सी चाहे मैं इलेक्शन च खड़े होने तो पहला, तो मैं अगे भी आपका काम करता क्योंकि ये मेरी यानी कि रूह की खुराक है। मैं आपके लोगों तुरै फिर मैं उन्होंने कुछ करके वधिया लगता है।